ਪਹਿਲਾਂ ਉਹਨਾਂ ਨੇ ਗੋਲੀਆਂ ਚਲਾਈਆਂ, ਤੁਸੀਂ ਗੱਲ ਸਮਝੋ, ਪਹਿਲਾਂ ਗੋਲੀਆਂ ਚਲਾਈਆਂ, ਫਿਰ ਕਹਿੰਦਾ ਇੱਟਾਂ ਰੋੜੇ ਮਾਰੇ ਮੇਰੇ, ਫਿਰ ਉਸ ਤੋਂ ਬਾਅਦ ਦਾਤ ਲੈ ਕੇ ਤੇ ਮੇਰੀ ਗੱਡੀ ਦੇ ਸ਼ੀਸ਼ੇ ਪਾ ਦਿੱਤੇ। ਮੇਰੇ ਕੋਲ ਵੈਪਨ ਆ, ਮੇਰੇ ਕੋਲ ਪਿਸਟਲ ਆ ਆਪਣਾ, ਇਹ ਕਹਿੰਦਾ ਗੋਲੀਆਂ ਚਲਾਈਆਂ। ਜੇ ਕੋਈ ਬੰਦਾ ਮੈਂ ਮਾਰਨਾ ਹੀ ਆ ਕਿਸੇ ਨੂੰ, ਮੈਂ ਗੋਲੀ ਚਲਾਊਂਗਾ ਕਿ ਮੈਂ ਹਿੱਟ ਮਾਰੂੰਗਾ। ਸਵਾਲ ਇੱਥੇ ਹੈ ਕਿ ਮੈਨੂਪਲੇਟ ਕਰ ਲਿਆ ਆਪਣੇ ਆਪ ਉੱਪਰ ਹਮਲਾ, ਤੁਸੀਂ ਕਹਿੰਦੇ ਉਹਨੇ ਕਰਵਾਇਆ, ਪਰ ਵਾਲੀਏ ਦਾ ਨਾਮ ਕਿਉਂ? ਪਤਾ ਮੈਨੂੰ ਇਸ ਗੱਲ ਦੀ ਮੈਨੂੰ ਵੀ ਨਹੀਂ ਸਮਝ ਕਿ ਜਿੱਦਣ ਦਾ ਮੈਂ ਕਪੂਰਥਲੇ ਗਿਆ ਮੈਨੂੰ ਉਦਣ ਦਾ ਹੀ ਉਹ ਬਰਦਾਸ਼ਤ ਨਹੀਂ ਕਰ ਰਿਹਾ। ਇਹਨੂੰ ਕਹਿਣਾ ਹਰਜੀਤ ਸਪਾਈਡਰਮੈਨ। ਦੇਖੋ ਸਾਡਾ ਸਪਾਈਡਰਮੈਨ ਹੈ ਅਕਾਲੀ ਦਲ ਦਾ, ਮੈਨੂੰ ਮਾਣ ਆ ਆਪਣੇ ਸਪਾਈਡਰਮੈਨ ਤੇ। ਚੱਲਦੀਆਂ ਗੋਲੀਆਂ, 6 ਬੰਦੇ ਆ, 1-2 ਗੋਲੀਆਂ ਚਲਾਈ ਜਾਂਦੇ ਆ, 1-2 ਦਾਤ ਮਾਰੀ ਜਾਂਦੇ ਆ, ਬਾਕੀ 2-3 ਇੱਟਾਂ ਰੋੜੇ ਮਾਰੀ ਜਾਂਦੇ ਆ। ਸਾਡੇ ਸਪਾਈਡਰਮੈਨ ਸਾਹਿਬ ਦੇ ਇੱਕ ਚੁੰਡੀ ਨੇ ਗੱਡੀ ਦੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ 'ਤੇ, ਮੈਂ ਹਾਂ ਅਮਨਦੀਪ ਸਿੰਘ ਚੰਡ। 2022 ਵਿਧਾਨ ਸਭਾ ਚੋਣਾਂ ਦੇ ਲਈ ਸਰਗਰਮੀ ਤੇਜ਼ ਹੋ ਚੁੱਕੀ ਹੈ, ਔਰ ਜਿੱਦਾਂ ਜਿੱਦਾਂ ਚੋਣਾਂ ਨੇੜੇ ਆ ਰਹੀਆਂ ਨੇ ਉੱਦਾਂ ਉੱਦਾਂ ਆਪਸ ਦੇ ਵਿੱਚ ਇੱਕ ਦੂਜੇ ਦੇ ਵਿਰੋਧੀਆਂ ਦੇ ਉੱਪਰ, ਔਰ ਕਈ ਵਾਰ ਤਾਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਆਪਣੇ ਹੀ ਆਪਣਿਆਂ ਦੇ ਉੱਤੇ ਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ। ਬੀਤੇ ਕੱਲ੍ਹ ਇੱਕ ਮਾਮਲਾ ਕਪੂਰਥਲਾ ਦਾ ਸਾਹਮਣੇ ਆਇਆ ਜਿੱਥੇ ਕਪੂਰਥਲਾ ਦੇ ਪ੍ਰਧਾਨ ਹਰਜੀਤ ਸਿੰਘ ਦੇ ਉੱਪਰ ਜਾਨਲੇਵਾ ਹਮਲਾ ਹੋਇਆ, ਔਰ ਹਰਜੀਤ ਸਿੰਘ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਹੀ ਜਿਹੜੇ HS ਵਾਲੀਆਂ ਨੇ ਉਹਦੇ ਉੱਪਰ ਇਹ ਨਿਸ਼ਾਨਾ ਮੰਨਿਆ ਗਿਆ ਕਿ ਹਮਲਾ ਉਹਨਾਂ ਦੇ ਵੱਲੋਂ ਕਰਵਾਇਆ ਗਿਆ। ਇਸ ਵੇਲੇ ਮੇਰੇ ਨਾਲ HS ਵਾਲੀਆਂ ਮੌਜੂਦ ਨੇ, ਗੱਲਬਾਤ ਕਰਾਂਗੇ ਕਿ ਮਾਮਲਾ ਕੀ ਹੈ ਔਰ ਕਿਉਂ ਜਿਹੜਾ ਹਰਜੀਤ ਸਿੰਘ ਵੱਲੋਂ ਇਲਜ਼ਾਮ ਲਗਾਏ ਗਏ ਨੇ। ਵਾਲੀ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਪਿਆਰ ਸਤਿਕਾਰ ਸਾਰੇ ਦੈਨਿਕ ਸਵੇਰਾ ਦੇ ਵਿਊਜ਼ ਨੂੰ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵਾਲੀਆ ਸਾਹਿਬ, ਕੱਲ੍ਹ ਵੱਡੇ ਇਲਜ਼ਾਮ ਲੱਗ ਗਏ। ਇੱਕ ਪਾਸੇ ਤਾਂ ਕਿਹਾ ਜਾਂਦਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਕਰਦੀ ਹੈ ਜਾਂ ਆਪਸ ਦੇ ਵਿੱਚ ਗਹਿਮਾ ਗਹਿਮੀ ਚੱਲਦੀ ਰਹਿੰਦੀ ਹੈ, ਹੁਣ ਤਾਂ ਆਪਣੇ ਹੀ ਆਪਣਿਆਂ ਦੇ ਉੱਤੇ ਵਾਰ ਕਰ ਰਹੇ ਨੇ, ਕੱਲ੍ਹ ਕਹਿੰਦੇ ਹਮਲਾ ਕਰਵਾ ਦਿੱਤਾ ਗਿਆ। ਦੇਖੋ ਬੜੀ ਹਾਸੋਹੀਣੀ ਜੀ ਗੱਲ ਹੈ ਕਿ ਹਰਜੀਤ ਸਿੰਘ ਨੇ ਉਹਦੀ ਗੱਡੀ 'ਤੇ ਹਮਲਾ ਹੋਇਆ ਅਤੇ ਉਹਨੇ ਪੁਲਿਸ ਕੰਪਲੇਂਟ ਵੀ ਕੀਤੀ ਔਰ ਮੀਡੀਆ ਨੂੰ ਵੀ, ਪ੍ਰੈਸ ਨੂੰ ਵੀ, ਤੁਹਾਨੂੰ ਸਾਰਿਆਂ ਨੂੰ ਇਹ ਕਿਹਾ ਕਿ ਇਹ ਹਮਲਾ HS ਵਾਲੀ, ਯਾਨੀ ਕਿ ਮੈਂ ਕਰਵਾਇਆ। 1% ਵੀ ਜੇ ਮੇਰੀ ਇਸ ਕੇਸ 'ਚ ਇਨਵੋਲਵਮੈਂਟ ਨਿਕਲੀ ਤਾਂ ਮੈਂ SSP ਸਾਹਿਬ ਨਾਲ ਵੀ ਗੱਲ ਕਰਕੇ ਹਟਿਆ ਜੀ, SHO ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈ, ਪੁਲਿਸ ਨਾਲ ਮੇਰੀ ਗੱਲ ਚੱਲ ਰਹੀ ਹੈ। 1% ਵੀ ਕਿਤੇ ਮੇਰਾ ਕਸੂਰ ਨਿਕਲਦਾ ਤਾਂ ਮੈਨੂੰ 10 ਗੁਣਾ ਵੱਧ ਸਜ਼ਾ ਦੇ ਦਿਓ, ਮੈਂ ਮਨਜ਼ੂਰ, ਮੈਂ ਹੱਸ ਕੇ ਸਵੀਕਾਰ ਕਰੂੰਗਾ। ਪਰ ਇਲਜ਼ਾਮ ਕਿਉਂ ਲਗਾ ਦਿੱਤੇ ਗਏ, ਵੱਡੇ ਇਲਜ਼ਾਮ ਲਾ ਦਿੱਤੇ ਤੁਹਾਡੇ? ਦੇਖੋ ਮੈਂ ਤੁਹਾਨੂੰ ਨਾ ਇਹ 2 ਮਿੰਟ ਲਊਂਗਾ, 2 ਮਿੰਟ 'ਚ ਮੈਂ ਗੱਲ ਕੰਪਲੀਟ ਕਰ ਦੂੰਗਾ। ਤੁਹਾਡੇ ਸਾਰੇ ਵਿਊਅਰਸ ਤਾਂ ਗੱਲ ਪਹੁੰਚਣੀ ਬਹੁਤ ਜ਼ਰੂਰੀ ਆ ਔਰ ਤੁਸੀਂ ਇੱਕ ਚੰਗਾ ਮਾਧਿਅਮ ਹੋ। ਦੇਖੋ ਅੱਜ ਤੋਂ 4-4.5 ਸਾਲ ਪਹਿਲਾਂ 2016 ਦੇ ਵਿੱਚ ਇੱਕ ਹਮਲਾ ਹੋਇਆ, ਉਹ ਹਮਲਾ ਕਪੂਰਥਲੇ ਅਰਬਨ ਸਟੇਟ ਵਿੱਚ ਹੋਇਆ। ਉਹਦੇ ਵਿੱਚ ਹਰਜੀਤ ਸਿੰਘ ਨੇ ਕਿਹਾ ਕਿ ਮੈਂ ਆਪਣੇ ਦੋਸਤ ਦੇ ਘਰ ਬੈਠਾ ਸੀ ਅਤੇ ਮੈਨੂੰ ਆ ਕੇ ਬੰਦੇ ਪੈ ਗਏ, ਮੇਰੇ 'ਤੇ ਉਹ ਪਰਚਾ ਦਰਜ ਹੋਇਆ ਅਨਨੋਨ ਪਰਸਨਸ 'ਤੇ। ਉਹ ਬੰਦੇ ਨਾ ਇਹਦਾ ਕੁਛ ਪੈਸੇ ਦਾ ਮੋਟਾ ਲੈਣ ਦੇਣ ਸੀ, ਬੰਦਾ NRI ਸੀ। ਬੰਦਾ ਬਾਹਰ ਚਲਾ ਗਿਆ, ਬਾਹਰੋਂ ਜਾ ਕੇ ਜਦੋਂ ਉਹਨੇ ਵੈਰੀਫਾਈ ਕੀਤਾ ਉਹਨੂੰ ਪਤਾ ਲੱਗਾ ਕਿ ਇਹ ਤਾਂ ਕੰਮ ਹੀ ਸਰ ਹਰਜੀਤ ਨੇ ਕਰਾਇਆ, ਇਹਨੇ ਆਪੇ ਹੀ ਬੰਦੇ ਪਲਾਂਟ ਕੀਤੇ, ਆਪੇ ਹੀ ਆਪਣੇ ਆਪ 'ਤੇ ਅਤੇ NRI 'ਤੇ ਹਮਲਾ ਕਰਵਾਤਾ। ਉਹਨੇ ਇੱਕ ਕੰਪਲੇਂਟ ਦਿੱਤੀ। ਕਦੋਂ ਦੀ ਘਟਨਾ ਹੈ ਇਹ? 2016 ਜਿਹੜੀ ਲੰਘੀ ਹੈ, 2016 ਦੀ ਇਲੈਕਸ਼ਨ ਤੋਂ ਪਹਿਲਾਂ ਦੀ, 17 ਤੋਂ ਪਹਿਲਾਂ ਦੀ। ਉਹਨੇ ਕੰਪਲੇਂਟ ਦਿੱਤੀ, ਕੰਪਲੇਂਟ ਦੀ ਇਨਕੁਆਇਰੀ ਮਾਨਯੋਗ SPਾਂ ਨੇ ਕੀਤੀ, DSPs ਨੇ ਕੀਤੀ ਅਤੇ ਇਹਦੀ ਉਸ ਕੇਸ 'ਚ ਬੜੀ ਖਿਚਾਈ ਹੋਈ ਕਿ ਇਹਨੂੰ ਇਹ ਪਤਾ ਲੱਗ ਗਿਆ, ਪੁਲਿਸ ਨੂੰ ਇਹ ਪਤਾ ਲੱਗ ਗਿਆ ਕਿ ਇਹ ਕੇਸ ਇਹਨੇ ਹੀ ਸਾਰਾ ਮੈਨੀਪੁਲੇਸ਼ਨ, ਇਹਨੇ ਮੈਨੀਪੁਲੇਟ ਕੀਤਾ ਉਹ ਸਾਰਾ ਕੁਝ। ਪਰ ਅਲਟੀਮੇਟਲੀ ਇਹ ਉਸ, ਕਿਉਂਕਿ ਪਿੱਛੇ ਮਦਈ ਨਹੀਂ ਸੀ ਖੜਾ, ਮਦਈ ਬਾਹਰ ਸੀ, ਫੋਰਨ ਕੰਟਰੀ ਸੀ, ਉਹ ਪੈਰਵਾਈ ਨਹੀਂ ਕਰ ਸਕਿਆ ਅਤੇ ਇਹਨੇ ਉਹਨੂੰ ਰਫਾ ਦਫਾ ਮਤਲਬ ਕਰਵਾ ਲਿਆ। ਬਟ ਇਹ ਗੱਲ ਓਪਨ ਹੋ ਗਈ ਕਿ ਉਹ ਇਹਨੇ ਸਾਰਾ ਪਲਾਂਟ ਕੀਤਾ ਸੀ। ਸੈਕਿੰਡ, ਫਿਰ ਹੁਣ ਇਹਨੇ ਕੱਲ੍ਹ ਜੋ ਕੰਮ ਕੀਤਾ, ਹਰ ਇਲੈਕਸ਼ਨ ਤੋਂ ਪਹਿਲਾਂ ਇੱਕ ਵਾਰੀ ਇੱਦਾਂ ਦਾ ਕੰਮ ਕਰਦਾ ਫੋਰ ਸਿਕਿਉਰਿਟੀ ਰੀਜ਼ਨ ਕਿ ਮੈਨੂੰ ਗਨਮੈਨ ਦਿਓ, ਮੈਨੂੰ ਸਿਕਿਉਰਿਟੀ ਦਿਓ, ਮੈਨੂੰ ਗਨਮੈਨ ਦਿਓ, ਇੱਕੋ ਹੀ ਡਿਮਾਂਡ ਹੈ ਇਹਦੀ ਬਸ। ਕੱਲ੍ਹ ਇਹ ਕਹਿੰਦਾ ਮੈਂ ਆਪਣੇ ਘਰ ਨੂੰ ਜਾ ਰਿਹਾ, ਕਹਿੰਦਾ ਕੋਈ ਹਥਿਆਰਬੰਦ 5-6 ਬੰਦੇ ਆਏ, ਪਹਿਲਾਂ ਉਹਨਾਂ ਨੇ ਗੋਲੀਆਂ ਚਲਾਈਆਂ, ਤੁਸੀਂ ਗੱਲ ਸਮਝੋ, ਪਹਿਲਾਂ ਗੋਲੀਆਂ ਚਲਾਈਆਂ, ਫਿਰ ਕਹਿੰਦਾ ਇੱਟਾਂ ਰੋੜੇ ਮਾਰੇ ਮੇਰੇ, ਫਿਰ ਉਸ ਤੋਂ ਬਾਅਦ ਦਾਤ ਲੈ ਕੇ ਅਤੇ ਮੇਰੀ ਗੱਡੀ ਦੇ ਸ਼ੀਸ਼ੇ ਭੰਨਤੇ। ਤੁਸੀਂ ਮੈਨੂੰ ਇਹ ਗੱਲ ਦੱਸੋ, ਸ਼੍ਰੀਮਾਨ ਜੀ, ਚੱਲਦੀ ਗੱਡੀ ਦੇ ਬਰਾਬਰ ਬੰਦਾ ਦਾਤ ਲੈ ਕੇ ਕਿਵੇਂ ਭੱਜ ਲਓ? ਅੱਛਾ, ਜੇ ਮੇਰੇ ਕੋਲ ਇੱਟ ਹੈ, ਮੇਰੇ ਕੋਲ ਵੈਪਨ ਆ, ਮੇਰੇ ਕੋਲ ਪਿਸਟਲ ਆਪਣਾ, ਇਹ ਕਹਿੰਦਾ ਗੋਲੀਆਂ ਚਲਾਈਆਂ। ਜੇ ਕੋਈ ਬੰਦਾ ਮੈਂ ਮਾਰਨਾ ਹੀ ਆ ਕਿਸੇ ਨੂੰ, ਮੈਂ ਗੋਲੀ ਚਲਾਊਂਗਾ ਕਿ ਮੈਂ ਹਿੱਟ ਮਾਰੂੰਗਾ? ਮੈਨੂੰ ਪਤਾ ਅੱਗੋਂ ਇਨੋਵਾ ਆ ਰਹੀ ਆ,
मैं गोली चलाऊंगा, मैं इट क्यों मारूं? ये कहता उन्होंने पहला गोलियां चलाईया बाद चो इट मारती, इज इट पॉसीबल? गल मनन आती है, कहता जदों इटा मारती उस तो बाद दातर लैके उन्होंने मेरी गड्डी के शीशे भनते, गड्डी जा रही 30-40-50 की स्पीड से, बंदा नाल भज के दातर ना, जे जे को वैपन आ वह क्यों दातर कढ़ूगा, वह क्यों इटा रोड़े मारूगा? ये सारा मैनीपुलेटेड है। और तुहानू एक गल दसा, सारा कपूरथला ही कह रहा, सवेर का तकरीबन हूँ मेरा गला भी बैठ गया बोल बोल के, तकरीबन 150 बंदे मैं मिलया अच कपूरथला, 30-30, 40-40, 20-20 ग्रुप मेरे को आई गए मिली गए, मैं ऑफिस से सीधा तो सवाल वाले सब सवाल इतने है कि मैनीपुलेट कर लिया अपने आप उत्तर हमला तुम कहते उन्हें करवाया, पर वालिए का नाम क्यों? मैनू पता मैनू इस गल की मैनू भी नहीं समझ कि जिदन का मैं कपूरथले गया मैनू उदन का ही वह बर्दाश्त नहीं कर रहा मैनू। हालांकि पहले दिन साड़ी मीटिंग हुई है उन्हें मैनू वादा किया कि सर सुखबीर सिंह बादल साहब को मैं नाल जाके तो डिस्पार्च करूँ टिकट दी, उहदे घरे बैठ के उहदी माता जी दे सामने उन्हें अपनी माँ की इज्जत भी नहीं रखी, उहदी माँ दे सामने बैठ के उन्हें मैं वादा किया मैं चलूँ। उस तो बाद पता नहीं एक्चुअली ना अमन एक तुहानू गल दसा, मैं सवा महीना हो गया काम करदा, एक कांग्रेसी बंदा, एक कांग्रेस की बी टीम आ, ये नहीं चाहता कि कपूरथले च एक स्ट्रोंग बंदा आवे तो अकाली दल कपूरथले तो जिते, ये मैनू बर्दाश्त नहीं कर पा रहा। उस वजह ना कभी मेरे पोस्टर पढ़वा दिंदा, फ्लैक्सा पढ़वा दिंदा आ, कभी कोई रूमर पा दिंदा शहर च, कभी कुछ वन और दी अदर थिंग, ये करी तुरै जाता। हूँ उस रीज़न इन्हें मेरा नाम मैनू बदनाम करने लिए कि इनू कितने टिकट ना मिल जाए कपूरथले की, कपूरथले तो कोई स्ट्रोंग बंदा लड़ ना लवे। हालांकि मेरी ना बैठ के बड़ी अच्छे माहौल से घर मीटिंग हुई है कि मैं कपूरथले आना चाहना आ जावा, इन्हें मैंने कहा मैं सुखबीर सिंह बादल साहब को जाके तेरी सिफारिश करूँगा तेरे नाल चलूँगा। उस तो बाद किन्ने चे विक गया कि को विक गया मैं नहीं पता। यह जो मतभेद पैदा हुए ने पार्टी प्रधान तक ये खबर गई ने, ओबियसली पार्टी प्रधान तो एक परिवार आ, परिवार च एक प्यो हुंदा, पार्टी प्रधान तो चीफ आ साढ़े, उन्होंने तो ओबियस है, क्वाइट ओबियस, मैं नहीं पहुँचाई पर तुम लोगों ने पहुँचाई दी होनी है जी, थोड़े तो तेज माध्यम कि ਤੁਹਾਡੇ ਤੋਂ ਤੇਜ਼ ਤਾਂ ਗੋਲੀ ਵੀ ਨਹੀਂ ਚੱਲਦੀ ਜੀ। ਹਾਂਜੀ, ਹੁਣ ਲਗਾਤਾਰ ਜਦੋਂ ਦੇਖਿਆ ਜਾਵੇ ਸਿਆਸਤ, ਪਹਿਲਾਂ ਤੁਸੀਂ ਜਲੰਧਰ ਦੇ ਵਿੱਚ ਰਹੇ, ਸਰਬਜੀਤ ਮੱਕੜ ਵਰਸਿਸ ਐਚ ਐਸ ਵਾਲੀਆ, ਹੁਣ ਸਰਬਜੀਤ ਮੱਕੜ ਵਰਸਿਸ ਜਸਵੀਰ ਜਗਬੀਰ ਸਿੰਘ ਬਰਾੜ ਹੋ ਗਏ, ਇਹ ਜਿਹੜੀਆਂ ਸਾਰੀਆਂ ਤਮਾਮ ਚੀਜ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਇਹ ਕਿੱਦਾਂ ਫਿਰ ਕਹਿ ਸਕਦਾ ਕਿ 2022 ਦੇ ਵਿੱਚ ਆਪਣੀ ਸਰਕਾਰ ਬਣਾ ਸਕਦਾ ਹੈ? ਜੇਕਰ ਇੰਨੇ ਤਿੱਖੇ ਜਿਹੜੇ ਆ ਤਿੱਖੇ ਹਮਲੇ ਇੱਕ ਦੂਜੇ ਦੇ ਕਰੋਗੇ ਤਾਂ ਕਿਸ ਤਰ੍ਹਾਂ ਕਾਂਗਰਸ ਜਿਹਦੀਆਂ 78-80 ਸੀਟਾਂ ਰਹੀਆਂ 2017 ਦੇ ਵਿੱਚ, ਉਸਨੂੰ ਕਿੱਦਾਂ ਹਰਾਉਣ ਤੱਕ ਵਿੱਚ ਕਾਮਯਾਬ ਹੋ ਗਏ ਜੀ ਸ਼੍ਰੋਮਣੀ ਅਕਾਲੀ ਦਲ? ਤੁਹਾਨੂੰ ਮੈਂ ਗੱਲ ਦੱਸਾਂ ਜੀ, ਦੇਖੋ ਸਰਕਾਰ ਤਾਂ ਬੰਨੀ ਤੈਅ ਆ, ਜੋ ਸੁਖਬੀਰ ਸਿੰਘ ਬਾਦਲ ਸਾਹਿਬ ਮਿਹਨਤ ਕਰ ਰਹੇ ਔਰ ਜੋ ਵਰਕਰ ਥੱਲੇ ਮਿਹਨਤ ਕਰ ਰਿਹਾ, ਤੁਸੀਂ ਇਸ -1% ਵਾਲੇ ਨੂੰ ਉਹਨਾਂ ਨੂੰ ਦੇਖੋ ਕਿ ਜਿੱਥੇ ਮਾੜੇ ਮੋਟੇ, ਦੇਖੋ ਇੱਕ ਪਰਿਵਾਰ ਆ, ਮਾੜਾ ਮੋਟਾ ਝਗੜਾ ਚੱਲਦਾ ਰਹਿੰਦਾ। ਕਿੱਦਾਂ ਸਿਕੰਦਰ ਸਿੰਘ ਮਲੂਕਾ ਵੀ ਉੱਧਰ ਖੜੇ ਹੋ ਗਏ, ਕਹਿੰਦੇ ਮੈਨੂੰ ਟਿਕਟ ਨਹੀਂ ਚਾਹੀਦੀ, ਮੇਰੀ ਟਿਕਟ ਜਿਹੜੀ ਹੈ ਮੇਰੇ ਮੁੰਡੇ ਨੂੰ ਦੇ ਦਿਓ। ਇੱਧਰ ਜਗਬੀਰ ਸਿੰਘ ਬਰਾੜ 'ਤੇ ਵੀ ਹਜੇ ਵਿਵਾਦ ਕਾਇਮ ਹੈ, ਦੂਸਰੇ ਪਾਸੇ ਭਾਟੀਆ ਸਾਹਿਬ ਹਜੇ ਪਤਾ ਨਹੀਂ ਮੰਨੇ ਹੈ ਨਹੀਂ ਮੰਨੇ, ਤਮਾਮ ਜਿਹੜੀਆਂ ਚਰਚਾਵਾਂ ਤੇਜ਼ ਨੇ ਨਾ। ਨਹੀਂ, ਭਾਟੀਆ ਸਾਹਿਬ ਤਾਂ ਪੂਰੇ ਮੰਨੇ ਹੋਏ, ਰੁੱਸੇ ਹੀ ਨਹੀਂ ਸੀ ਕਦੀ, ਬਾਲ ਸਾਹਿਬ ਉਹਨਾਂ ਦੇ ਘਰੇ ਹੋ ਕੇ ਗਏ ਉਦਨ, ਮੈਂ ਨਾਲ ਸੀਗਾ, ਭਾਟੀਆ ਸਾਹਿਬ ਤਾਂ ਕਦੀ ਵੀ ਨਹੀਂ ਰੁੱਸੇ। ਮੱਕੜ ਸਾਹਿਬ ਦਾ ਮੈਂ ਹੁਣ ਦੇਖੋ ਜੀ, ਮੈਂ ਵੀ ਕੈਂਟ 'ਚ ਕੰਮ ਕੀਤਾ, ਤੁਸੀਂ ਮੇਰਾ ਇੰਟਰਵਿਊ ਕਰਦੇ ਰਹੇ ਹੋ, ਮੈਂ ਵੀ ਇੱਛਕ ਸੀਗਾ ਟਿਕਟ ਦਾ ਜੀ, ਮੱਕੜ ਸਾਹਿਬ ਵੀ ਇੱਛਕ ਸੀ ਔਰ ਦਾਅਵੇਦਾਰ, ਸਟਰੋਂਗ ਦਾਅਵੇਦਾਰ ਸੀ, ਕਿਉਂਕਿ ਉਹਨਾਂ ਨੇ ਇਲੈਕਸ਼ਨ ਲੜੀ ਸੀ ਨਾ, ਓਬੀਅਸਲੀ ਜਿਹਨੇ ਇਲੈਕਸ਼ਨ ਲੜੀ ਸਟਰੋਂਗ ਦਾਅਵੇਦਾਰ ਆ। ਅਤੇ ਹੁਣ ਆਲ ਆਫ ਅ ਸਡਨ ਜੇ ਬਰਾੜ ਸਾਹਿਬ ਨੂੰ ਮਿਲ ਗਈ, ਮੈਂ ਤਾਂ ਸਲਿਊਟ ਕਰਦਾ ਜੀ ਪਾਰਟੀ ਪ੍ਰਧਾਨ ਨੂੰ, ਮੈਨੂੰ ਉਹਨਾਂ ਨੇ ਕਪੂਰਥਲੇ ਭੇਜਿਆ, ਮੈਂ ਚਲਾ ਗਿਆ ਕੰਮ ਕਰਨ, ਮੈਨੂੰ ਉਹ ਕਹਿਣਗੇ ਕਾਕਾ ਜੀ ਤੁਸੀਂ ਇਲੈਕਸ਼ਨ ਲੜ ਲਓ, ਮੈਂ ਲੜ ਲਊ, ਮੈਨੂੰ ਕਹਿਣਗੇ ਤੂੰ ਵਾਪਸ ਆ ਜਾ, ਮੈਂ ਵਾਪਸ ਆ ਜਾਊ। ਮੈਂ ਤਾਂ ਇਨ ਬਿਨ 101% ਸਰ ਸੁਖਬੀਰ ਸਿੰਘ ਬਾਦਲ ਦੇ ਕਹਿਣੇ 'ਚ ਹਾਂ, ਅਤੇ ਮੈਂ ਉਹਦਾ ਹੁਕਮ ਵਜਾਉਣ ਵਾਲਾ ਬੰਦਾ। ਔਰ ਜੋ ਹਰਜੀਤ ਸਿੰਘ ਨੇ ਕੀਤਾ, ਮੇਰੀ ਗੱਲ ਤੁਸੀਂ ਵਿੱਚ ਵਿੱਚ ਕੱਟਤੀ ਜੀ, ਦੇਖੋ ਇਹ ਤੁਹਾਨੂੰ ਪੋਸੀਬਿਲਿਟੀ ਤੁਸੀਂ ਆਪਣੇ ਮਨ ਨੂੰ ਪੁੱਛ ਕੇ ਦੇਖੋ, ਲੱਗਦੀ ਹੈ ਕਿ ਜੇ ਕੋ ਪਿਸਟਲ ਫੜਿਆ ਹੋਇਆ ਉਹਨੇ ਗੋਲੀਆਂ ਚਲਾਤੀਆਂ। ਮੈਂ ਹੁਣ ਇਹਦਾ ਨਾਮ ਬਦਲਤਾ, ਮੈਂ ਹੁਣ ਇਹਦਾ ਨਾਮ ਰੱਖਤਾ ਹਰਜੀਤ ਵਾਲੀਆ, ਨਹੀਂ ਕਹਿਣਾ ਇਹਨੂੰ, ਇਹਨੂੰ ਕਹਿਣਾ ਹਰਜੀਤ ਸਪਾਈਡਰਮੈਨ। ਦੇਖੋ ਸਾਡਾ ਸਪਾਈਡਰਮੈਨ ਹੈ ਅਕਾਲੀ ਦਲ ਦਾ, ਮੈਨੂੰ ਮਾਣ ਆ ਆਪਣੇ ਸਪਾਈਡਰਮੈਨ 'ਤੇ। ਚੱਲਦੀਆਂ ਗੋਲੀਆਂ, 6 ਬੰਦੇ ਆ, 1-2 ਗੋਲੀਆਂ ਚਲਾਈ ਜਾਂਦੇ ਆ, 1-2 ਦਾਤ ਮਾਰੀ ਜਾਂਦੇ ਆ, ਬਾਕੀ 2-3 ਇੱਟਾਂ ਰੋੜੇ ਮਾਰੀ ਜਾਂਦੇ ਆ। ਸਾਡੇ ਸਪਾਈਡਰਮੈਨ ਸਾਹਿਬ ਦੇ ਇੱਕ ਚੁੰਡੀ ਨਹੀਂ ਵੱਢੀ ਗਈ। ਵਾਲੀਆ ਸਾਹਿਬ ਕੱਲ੍ਹ ਤੱਤੇ ਬੜੇ ਹੋ ਗਏ, ਮੈਂ ਖੁਦ ਦੇਖਿਆ ਜਦੋਂ ਫੇਸਬੁੱਕ 'ਤੇ ਤੁਸੀਂ ਲਾਈਵ ਹੋਏ ਸੀਗੇ, ਅਤੇ ਸਪਾਈਡਰਮੈਨ ਕਹਿ ਦਿੱਤਾ ਆਪਣੇ ਬੰਦੇ ਨੂੰ, ਫਿਰ ਉਸ ਤੋਂ ਬਾਅਦ ਪਰਸਨਲੀ ਅਟੈਕ ਤੁਹਾਡੇ ਵੱਲੋਂ ਕੀਤੇ ਗਏ ਕਿ ਇਹ ਕਰਜ਼ਾਈ ਹੋਇਆ ਪਿਆ ਬੰਦਾ, ਇੱਦਾਂ ਤਾਂ ਕਿਤੇ ਲੱਗਦਾ ਹੈ ਕਿ ਪਰਸਨਲੀ ਅਟੈਕ ਕਰਨੇ ਚਾਹੀਦੇ? ਬਿਲਕੁਲ,
ਇਹ ਗੱਲਾਂ ਦੇ ਨਾਲ ਪਿਛੋਕੜ ਦੇ ਨਾਲ ਬੰਦੇ ਦੇ ਪਿਛੋਕੜ ਜੋ ਦੇਖੋਗੇ ਨਾ ਪਿਛੋਕੜ ਤੋਂ ਬੰਦੇ ਦਾ ਤੁਹਾਨੂੰ ਪਤਾ ਲੱਗਦਾ ਤੁਸੀਂ ਸਮਝ ਪਾਉਂਦੇ ਹੋ ਕਿ ਇਹ ਬੰਦਾ ਪਿਛੋਕੜ ਕਿੱਦਾਂ ਦਾ ਰਿਹਾ ਹੁਣ ਮੈਂ ਤੁਹਾਡਾ ਇਹਦਾ ਪਿਛੋਕੜ ਦੱਸਿਆ ਤੁਹਾਨੂੰ ਕਿ ਇਹਨੇ 4 ਸਾਲ ਪਹਿਲਾਂ ਵੀ ਇਹੀ ਹਰਕਤ ਕੀਤੀ ਸੀ ਹੁਣ ਤੁਸੀਂ ਉਹਨੂੰ ਸਮਝ ਜੂੰਗੇ ਕਿ ਇਹਨੇ ਸਿਕਿਉਰਿਟੀ ਲੈਣ ਲਈ ਇਹ ਦੁਬਾਰਾ ਹਰਕਤ ਰਿਪੀਟ ਕੀਤੀ ਆ ਮੈਨੂੰ ਡੀਫੇਮ ਕਰਨ ਲਈ ਮੇਰਾ ਨਾਮ ਲੈ ਤਾ ਇਹ ਪਿਛੋਕੜ ਦੱਸਣਾ ਬਹੁਤ ਜ਼ਰੂਰੀ ਵਾਕਿਆ ਕਰਜਾਈ ਹੈ ਮੈਂ ਝੂਠ ਥੋੜ੍ਹਾ ਬੋਲਦਾ ਇਹਦਾ ਬੰਦੇ ਜਿਨ੍ਹਾਂ ਨੇ ਪੈਸੇ ਦੇਣੇ ਆ ਪੈਸੇ ਲੈਣ ਦੇਣ ਜਿਨ੍ਹਾਂ ਦੇ ਨਾਲ ਹੈਗਾ ਮੈਂ ਬੰਦੇ ਸਭ ਸਾਹਮਣੇ ਬਿਠਾ ਦਿੰਦਾ ਮੀਡੀਆ ਦੇ ਲੋਕ ਤਰਾਹੀ ਤਰਾਹੀ ਕਰਦੇ ਇਹ ਟਰੈਵਲ ਏਜੰਟ ਸੀ ਇਹਨੂੰ ਏਜੰਟੀ ਵਾਲੀਆਂ ਉਹੀ ਆਦਤਾਂ ਪਈਆਂ ਉਹ ਆਦਤਾਂ ਜਾਂਦੀਆਂ ਨੇ ਪਾਕ ਪਵਿੱਤਰ ਸਾਫ਼ ਸੁਥਰੀ ਪਾਰਟੀ ਅਕਾਲੀ ਦਲ 'ਚ ਆ ਗਿਆ ਪਰ ਉਹ ਕਹਿੰਦੇ ਨਾ ਵੱਧਣੀਆਂ ਸਜਾਦਣੀਆਂ ਨਿਭਣ ਸਿਰਾਂ ਦੇ ਨਾਲ ਇਹਨੂੰ ਉਹ ਆਦਤ ਪੈ ਗਈ ਬਟ ਮੈਂ ਬਾਈ ਜੀ ਮੈਂ ਆਈ ਐਮ ਪ੍ਰਾਊਡ ਆਫ ਦਿਸ ਸਪਾਈਡਰਮੈਨ ਕਿ ਸਾਡੀ ਪਾਰਟੀ 'ਚ ਇੱਕ ਐਸਾ ਸਪਾਈਡਰਮੈਨ ਗੋਲੀਆਂ ਚੱਲਦੀਆਂ ਹੁਣ ਦਾਤ ਚੱਲਦੇ ਹੁਣ ਇੱਟਾਂ ਰੋੜੇ ਚੱਲਦੇ ਹੁਣ ਸਾਡਾ ਸਪਾਈਡਰਮੈਨ ਉੱਡ ਕੇ ਇੱਧਰ ਉੱਧਰ ਰਹਿੰਦਾ ਉਹਨੂੰ ਨਹੀਂ ਜੀ ਕੁਛ ਵੀ ਹੁੰਦਾ ਇਸ ਗੱਲ ਦਾ ਮੈਨੂੰ ਮਾਣ ਹੈ ਕਿ ਸਾਡੀ ਪਾਰਟੀ ਕੋਲ ਸਾਰੇ ਜੀਵ ਜੰਤੂ ਇਹੋ ਜਿਹੇ ਹੈਗੇ ਆ ਜੀ ਜਦੋਂ ਹੁਣ ਪੁਲਿਸ ਕੇਸ ਪੁਲਿਸ ਤੱਕ ਇਲਜ਼ਾਮ ਲਗਾ ਦਿੱਤਾ ਗਿਆ ਕਿ ਤੁਹਾਡੇ ਵੱਲੋਂ ਹਮਲਾ ਕਰਵਾਇਆ ਗਿਆ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਤੁਹਾਡੇ ਕੋਲ ਪੁੱਛ ਪੜਤਾਲ ਕੀਤੀ ਉਹਨੂੰ ਯੈਸ ਬਿਲਕੁਲ ਮੈਂ ਸਾਹਮਣਾ SSP ਸਾਹਿਬ ਬੜੇ ਹੀ ਨਾ ਮੈਚਿਓਰ ਬੰਦੇ ਉੱਥੇ SSP ਸਾਹਿਬ ਹਰਕਮਲਜੀਤ ਸਿੰਘ ਖਾਕ ਸਾਹਿਬ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਕੰਪਲੇਂਟ ਬਾਈ ਨੇਮ ਇਹਨੇ ਮੇਰੇ ਖਿਲਾਫ਼ ਦਿੱਤੀ ਹੈ ਅਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਜਿੱਥੇ ਮੇਰੀ ਲੋੜ ਹੈ ਮੇਰੇ ਕੋਲ ਇਨਕੁਆਇਰੀ ਕਰਨੀ ਮੈਨੂੰ ਇੱਕ ਵਾਰੀ ਫੋਨ ਕਰੋ ਭਾਅ ਜੀ ਮੈਂ ਹੈ ਹੀ ਸੱਚਾ ਮੈਂ ਕਿਉਂ ਭੱਜੂੰਗਾ ਮੈਂ ਜਾਊਂਗਾ ਮੇਰੇ 7 ਵਜੇ ਮੈਂ ਮੰਦਰਾਂ 'ਚ ਚਲਾ ਗਿਆ ਸੀ 10:30 ਮੈਂ ਨਿਕਲਿਆ 12 ਮੰਦਰਾਂ 'ਚ ਮੈਂ ਹਾਜ਼ਰੀ ਭਰੀ ਆ ਕੱਲ੍ਹ ਹੋਰ ਵੀ ਮੇਰੀਆਂ ਅਗਲੀਆਂ ਪਿਛਲੀਆਂ ਡਿਟੇਲਾਂ ਜੋ ਮੇਰੇ ਕੋਲ ਤੁਸੀਂ ਇਨਕੁਆਇਰੀ ਕਰਨਾ ਚਾਹੁੰਦੇ ਹੋ ਕਰੋ ਅਤੇ ਉਹਨਾਂ ਨੇ ਮੈਨੂੰ ਪੂਰਾ ਭਰੋਸਾ ਦਿੱਤਾ ਕਿ ਨਜਾਇਜ਼ ਨਹੀਂ ਹੋਊਗੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕੇਸ ਅਤੇ ਜੋ ਸੱਚਾਈ ਆ 2-3 ਦਿਨਾਂ 'ਚ ਕਹਿੰਦੇ ਮੈਂ ਸਾਹਮਣੇ ਕੱਢ ਕੇ ਰੱਖਦਾ ਤੁਸੀਂ ਉਹਨਾਂ ਦੇ ਦੱਸਿਆ ਪੁਲਿਸ ਪ੍ਰਸ਼ਾਸਨ ਨੂੰ ਜਿੱਦਾਂ ਤੁਸੀਂ ਹੁਣ ਕੈਮਰੇ ਸਾਹਮਣੇ ਆ ਕੇ ਇਹ ਗੱਲ ਕਹਿ ਰਹੇ ਹੋ ਕਿ ਉਹਨਾਂ ਨੇ ਖੁਦ ਆਪਣੇ ਆਪ 'ਤੇ ਹਮਲਾ ਕਰਵਾਇਆ ਇਹ ਗੱਲਬਾਤ ਵੀ ਹੋਈ ਪ੍ਰਸ਼ਾਸਨ ਮੈਂ ਦੱਸਿਆ ਮੈਂ ਇਹ ਗੱਲ SHO ਸਾਹਿਬ ਨੂੰ ਦੱਸੀ ਅਤੇ SSP ਸਾਹਿਬ ਨੂੰ ਵੀ ਦੋਵਾਂ ਨੂੰ ਦੱਸੀ ਮੈਂ ਕਿਹਾ ਜੀ ਇਹਨੇ 2016 ਦੇ ਵਿੱਚ ਆਪਣੇ ਆਪ 'ਤੇ ਹਮਲਾ ਕਰਾਇਆ ਸੀ ਉਹਦੀ ਇਨਕੁਆਇਰੀ ਫਲਾਣੇ ਫਲਾਣੇ SP ਨੇ ਵੀ ਕੀਤੀ ਸੀ ਅਤੇ ਉਹ ਗੱਲ ਸਾਹਮਣੇ ਆ ਗਈ ਸੀ ਸਾਰੀ ਕਾਇੰਡਲੀ ਸਰ ਤੁਸੀਂ ਉਹ ਵੀ ਚੈੱਕ ਕਰ ਲਓ ਅਤੇ ਉਹ ਖੈਰ ਉਹਨਾਂ ਨੂੰ ਪਹਿਲਾਂ ਪਤਾ ਸੀ ਮੈਂ ਦੱਸਦਾ ਉਹ ਕਹਿੰਦੇ ਜੀ ਅਸੀਂ ਕੱਢ ਚੁੱਕੇ ਹਾਂ ਸਾਰਾ ਸਾਨੂੰ ਪਹਿਲਾਂ ਹੀ ਪਤਾ ਜੀ ਗੱਲ ਸਿਆਸਤ ਦੀ ਵਾਲੀ ਸਾਹਿਬ ਕੀਤੀ ਜਾਵੇ ਤਾਂ ਤੁਸੀਂ 2017 ਦੇ ਵਿੱਚ ਜਲੰਧਰ ਕੈਂਟ ਤੋਂ ਹਲਕੇ ਤੋਂ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜਦੇ ਹੋ ਹਾਰ ਜਾਂਦੇ ਹੋ ਫਿਰ ਪਾਸਾ ਪਲਟ ਲੈਂਦੇ ਜਾਂਦਾ ਤੁਹਾਡੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਲੜ ਫੜ ਲੈਂਦੇ ਹੋ ਹੁਣ ਸਟੇਜ ਕੀ ਹੈ 2022 ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਕੀ ਸਥਿਤੀ ਹੈ ਔਰ ਕਾਂਗਰਸ ਦੀ ਕੀ ਸਥਿਤੀ ਹੈ ਬਾਈ ਜੀ ਗੱਲ ਇਹ ਆ ਕਿ ਪਾਰਟੀ ਬਦਲੀ ਸੀ ਠੀਕ ਹੈ ਬਿਲਕੁਲ ਕਿਸੇ ਵੇਲੇ ਹੁੰਦਾ ਆ ਲਾਈਫ ਦੇ ਵਿੱਚ ਚੇਂਜਿਸ ਆਉਂਦੀਆਂ ਹੁਣ ਮੈਂ ਤੁਹਾਨੂੰ ਇਹ ਵਾਅਦੇ ਨਾਲ ਕਹਿ ਸਕਦਾ ਕਿ ਮਰਦੇ ਦਮ ਤੱਕ ਹੁਣ ਜਦੋਂ ਅੰਤ ਵੀ ਹੋਊਗਾ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਚੱਦਰ ਹੀ ਪਊਗੀ ਉੱਪਰ ਹੁਣ ਨਹੀਂ ਸੁਖਬੀਰ ਜੀ ਦਾ ਲੜ ਫੜ ਲਿਆ ਬਸ ਉਹਨਾਂ ਦੇ ਪਿੱਛੇ ਹੀ ਤੁਰੇ ਹਾਂ ਜੀ ਹੁਣ ਉਹਨਾਂ ਦੇ ਬੱਚੇ ਬਣ ਕੇ ਰਹਾਂਗੇ ਬਾਕੀ ਅਕਾਲੀ ਦਲ ਦੀ ਫੁੱਲ ਚੜ੍ਹਾਈ ਹੈ ਜੀ 2022 ਦੇ ਵਿੱਚ 80-90 ਸੀਟਾਂ ਲੈ ਕੇ ਅਕਾਲੀ ਦਲ BSP ਦੀ ਸਰਕਾਰ ਬਣੂਗੀ ਫੋਰ ਸ਼ੋਰ ਉਹ ਇਹ ਡਾਟੇ ਮੈਂ ਐਵੇਂ ਨਹੀਂ ਰਫਲੀ ਬੋਲੀ ਜਾਂਦਾ ਹਵਾ 'ਚ ਤੀਰ ਨਹੀਂ ਚਲਾਈ ਜਾਂਦਾ ਜਲੰਧਰ ਕੈਂਟ ਦੀ ਸੀਟ ਦੀ ਗੱਲ ਕਰ ਲਓ 15-20,000 ਵੋਟ BSP ਨੂੰ ਪੈਂਦੀ ਹੈ ਡੈਡੀਕੇਟਡ ਵੋਟ ਜਿਹੜੀ ਪੈਣੀ ਪੈਣੀ ਹੈ ਅਕਾਲੀ ਦਲ ਵੱਲ ਟ੍ਰਾਂਸਫਰ ਹੋ ਗਈ ਕਿੱਦਾਂ ਹਰਜੂ ਅਕਾਲੀ ਦਲ ਦੀ ਸੀਟ ਕਪੂਰਥਲੇ 'ਚ BSP ਦੀ ਚੰਗੀ ਖਾਸੀ ਵੋਟ ਹੈ ਫਿਰ ਦੁਆਬੇ 'ਚ ਪੂਰੇ ਹੀ ਕਹਿ ਲਓ ਜਿਹੜਾ BSP ਨਾਲ ਸਾਡਾ ਕੰਬੀਨੇਸ਼ਨ ਅਲਾਇੰਸ ਹੋਇਆ ਨਾ ਮਤਲਬ ਡੈਟ ਵਿਲ ਰੌਕ ਉਹ ਬਹੁਤ ਅੱਛੇ ਰਿਜ਼ਲਟਸ ਔਰ ਜੋ ਸੁਖਬੀਰ ਜੀ ਤੁਸੀਂ ਹੁਣ ਦੇਖ ਰਹੇ ਹੋ ਗੱਲ ਪੰਜਾਬ ਦੀ ਪ੍ਰੋਗਰਾਮ ਕਰ ਰਹੇ ਆ 100 ਦਿਨ 100 ਪ੍ਰੋਗਰਾਮ ਮੈਨੂੰ ਇਹ ਦੱਸੋ ਕਿਹੜਾ ਲੀਡਰ ਪੰਜਾਬ ਦੇ ਵਿੱਚ ਅੱਜ ਇੰਨੀ ਮਿਹਨਤ ਕਰ ਰਿਹਾ ਨਵਜੋਤ ਸਿੰਘ ਸਿੱਧੂ ਵਰਸਿਸ ਕੈਪਟਨ ਅਮਰਿੰਦਰ ਰੱਜ ਕੇ ਲੜਾਈ ਲੜਦੇ ਪਏ ਉਹਨਾਂ ਨੂੰ ਪਤਾ ਹੀ ਨਹੀਂ ਪੰਜਾਬ ਕਿੱਥੇ ਆ ਸੁਖਬੀਰ ਜੀ ਇੱਕ ਵਾਰੀ ਮਿਲਣੀ ਵਰਕਰ ਮਿਲਣੀ ਪ੍ਰੋਗਰਾਮ ਕੰਪਲੀਟ ਕਰਕੇ ਦੂਸਰਾ ਪ੍ਰੋਗਰਾਮ ਵੀ ਸ਼ੁਰੂ ਕਰ ਲਿਆ ਗੱਲ ਪੰਜਾਬ ਦੀ ਸੋ ਸੁਖਬੀਰ ਜੀ ਜਿੰਨੀ ਮਿਹਨਤ ਜਜ਼ਬਾ ਕਿਸੇ 'ਚ ਨਹੀਂ ਸਰਕਾਰ ਬਣੀ ਤਾਂ ਦੇਖ ਲਿਓ ਤੁਸੀਂ ਕੈਂਟ ਹਲਕੇ ਦੀ ਗੱਲ ਕਰ ਰਹੇ ਹੋ ਤਾਂ 1952 ਤੋਂ ਲੈ ਕੇ ਪਹਿਲਾ MLA ਹੈ ਪ੍ਰਗਟ ਸਿੰਘ ਜਿਹੜਾ ਲਗਾਤਾਰ 2 ਵਾਰੀ ਜਿੱਤਿਆ ਇੱਕ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਵਾਰੀ ਕਾਂਗਰਸ ਦੇ ਵੱਲੋਂ ਲੱਗਦਾ ਹੈ ਕਿ ਉਹਨੂੰ ਹਰਾਉਣ ਦੇ ਵਿੱਚ ਕਾਮਯਾਬ ਹੋਏਗਾ ਜਗਵੀਰ ਸਿੰਘ ਬਰਾੜ ਤਾਂ ਜਗਵੀਰ ਸਿੰਘ ਬਰਾੜ ਵੀ ਤਾਂ ਜਿੱਤੇ ਸੀ ਉਹ ਵੀ ਅਕਾਲੀ ਦਲ ਵੱਲੋਂ ਅੱਛੀ ਖਾਸੀ ਲੀਡ 'ਤੇ ਜਿੱਤੇ ਸੀ ਔਰ ਰਿਕਾਰਡ ਤੁਹਾਨੂੰ ਪਤਾ ਉਹਨਾਂ ਨੇ ਤੋੜਿਆ ਸੀ ਨਹੀਂ ਤਾਂ ਕਾਂਗਰਸ ਹੀ ਜਿੱਤਦੀ ਆਉਂਦੀ ਸੀ ਜਗਵੀਰ ਸਿੰਘ ਬਰਾੜ ਜਿੱਤਣਗੇ ਪ੍ਰਗਟ ਨੇ ਤਾਂ ਕੰਮ ਹੀ ਨਹੀਂ ਕੀਤਾ ਜੀ ਪ੍ਰਗਟ ਬਾਰੇ ਆਪਾਂ ਅੱਗੇ ਵੀ ਤਾਂ ਗੱਲਬਾਤ ਕਰਦੇ ਹੀ ਹੁੰਦੇ ਹਾਂ ਜੀ ਅਤੇ ਹੁਣ ਚਲੋ ਮੈਂ ਮਤਲਬ ਆਪਣੇ ਹਲਕੇ ਦੀ ਗੱਲ ਕਰਾਂ ਬੈਟਰ ਆ ਜਿੱਥੋਂ ਮੈਂ ਲੜਨਾ ਅਤੇ ਫਿਰ ਵੀ ਬਰਾੜ ਸਾਹਿਬ ਮੇਰੇ ਵੱਡੇ ਭਰਾ ਵਾਂਗੂ ਆ ਅਤੇ ਇਹ 100% ਉਹ ਜਿੱਤਣਗੇ ਬਰਾੜ ਸਾਹਿਬ ਦੀ ਦੇਖੋ ਨੋ ਡਾਊਟ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਜੀ ਮੈਂ ਉਸ ਦਿਨ ਵੀ ਮੀਟਿੰਗ 'ਚ ਗਈ ਸੀ ਬਾਲ ਸਾਹਿਬ ਨੂੰ ਵੀ ਕਹੀ ਸੀ
ਬਰਾੜ ਸਾਹਿਬ ਦੀ ਫੋਲੋਇੰਗ ਮੈਂ ਵੀ ਬਹੁਤ ਕੈਂਟ 'ਚ ਮਿਹਨਤ ਕੀਤੀ ਹੈ, ਮੇਰੀ ਫੋਲੋਇੰਗ ਵੀ ਕੁਛ ਨਹੀਂ, ਹੋਰ ਕਿਸੇ ਵੱਡੇ ਲੀਡਰ ਦੀ ਫੋਲੋਇੰਗ ਵੀ ਕੁਛ ਨਹੀਂ, ਪ੍ਰਗਟ ਦੀ ਫੋਲੋਇੰਗ ਤਾਂ ਹੈ ਹੀ ਨਹੀਂ ਜਿੰਨੀ ਜਗਬੀਰ ਬਰਾੜ ਦੀ ਉੱਥੇ ਫੋਲੋਇੰਗ। ਬਰਾੜ ਸਾਹਿਬ ਅੱਛੀ ਲੀਡਰ ਜਿੱਤਣਗੇ। ਸਰਬਜੀਤ ਮੱਕੜ ਅਤੇ ਜਗਬੀਰ ਬਰਾੜ ਦੇ ਦਰਮਿਆਨ ਜੇਕਰ ਵਿੱਥਾਂ ਇਸੇ ਤਰੀਕੇ ਦੀਆਂ ਬਰਕਰਾਰ ਰਹਿੰਦੀਆਂ ਨੇ ਤਾਂ ਘਾਟਾ ਵੀ ਪੈ ਸਕਦਾ ਜਗਬੀਰ ਬਰਾੜ। ਬਾਬਾ ਜੀ ਮੈਂ ਮੱਕੜ ਸਾਹਿਬ ਬਾਰੇ ਨਾ ਹੀ ਗੱਲ ਕਰਾਂ, ਮੇਰੀ ਗੱਲ ਮਾੜੀ ਜਿਹੀ ਕੀਤੀ ਨਾ ਫਿਰ ਕਿਤੇ ਦੀ ਕਿਤੇ ਪਹੁੰਚ ਜਾਂਦੇ ਆ, ਉਹ ਹੈਗੇ ਮੇਰੇ ਬਜ਼ੁਰਗ ਆ, ਮੁੜ ਕੇ ਗੁੱਸਾ ਕਰ ਲੈਂਦੇ ਆ। ਅਤੇ ਐਵੇਂ ਹੁਣ ਮੈਂ ਠੀਕ ਠਾਕ ਆ ਕਪੂਰਥਲੇ ਜੀ, ਮੈਂ ਬੜਾ ਸੌਖਾ ਅਤੇ ਨਾ ਹੀ ਮੈਨੂੰ ਉਹ ਆਪਾਂ ਛੇੜੀਏ ਜੀ ਉਹ ਜ਼ਖਮ। ਇਹ ਗੱਲਾਂ ਤੁਸੀਂ ਮੱਕੜ ਸਾਹਿਬ ਨਾਲ ਕਰਿਓ, ਉਹਨਾਂ ਨੂੰ ਪੁੱਛਿਓ ਜੋ ਕਹਿਣਗੇ ਠੀਕ ਹੈ ਜੀ, ਮੈਂ ਕੀ ਕਰਨਾ ਜੀ। ਕਪੂਰਥਲੇ ਦੀ ਗੱਲ ਕਰੀਏ ਤਾਂ ਉੱਥੋਂ ਕੌਣ ਹੈ ਸ਼੍ਰੋਮਣੀ ਅਕਾਲੀ ਦਲ ਦੀ ਦਾਅਵੇਦਾਰੀ, ਕੌਣ ਪੇਸ਼ ਕਰ ਰਿਹਾ ਸਰ? ਇੱਕ ਤਾਂ ਜੀ ਪਰਮਜੀਤ ਸਿੰਘ ਪੰਮਾ ਜੀ ਭਾਜੀ, ਮੇਰਾ ਬੜਾ ਅੱਛਾ ਦੋਸਤ ਆ ਜੀ, ਹੀ ਇਜ਼ ਮਾਈ ਵੈਰੀ ਲਵਿੰਗ ਫਰੈਂਡ, ਬੜਾ ਅੱਛਾ ਸਾਡਾ ਰਿਸ਼ਤਾ ਆ, ਇੱਕ ਪਲੇਟ 'ਚ ਰੋਟੀ ਖਾਣ ਵਾਲਾ ਵੀ ਰਿਸ਼ਤਾ ਹੈ। ਇੱਦਾਂ ਇੰਨੇ ਅੱਛੇ ਚੰਗੇ ਦੋਸਤ ਆ, ਉਹਨਾਂ ਨੇ ਇਲੈਕਸ਼ਨ ਲੜੀ ਸੀ ਪਿਛਲੀ ਵਾਰੀ ਗੁਰਜੀਤ ਰਾਣਾ ਦੇ ਅਗੇਂਸਟ 2017 'ਚ, ਅਤੇ ਓਬਵੀਅਸਲੀ ਫਿਰ ਉਹ ਦੋਵੇਂ ਦਾਅਵੇਦਾਰ ਹੈਗੇ ਹੀ ਆ, ਅਤੇ ਮੈਂ ਵੀ ਚਾਹੁੰਦਾ ਜੀ ਟਿਕਟ ਵੀ ਟਿਕਟ ਮਿਲ ਗਈ ਤਾਂ ਸਪੋਰਟ ਕਰੋਗੇ? ਮੈਂ ਕਹਿੰਦਾ ਜੀ ਠੋਕ ਵਜਾ ਕੇ ਨਜ਼ਾਰੇ ਲਿਆ ਕੇ, ਸਭ ਤੋਂ ਪਹਿਲਾਂ ਸਪੋਰਟਰ ਪੰਮੇ ਭਾਈ ਦਾ ਹੋਊਂਗਾ ਹੀ ਮੈਂ, ਤਨ ਮਨ ਧਨ ਦੇ ਨਾਲ ਤੁਹਾਡੇ ਚੈਨਲ 'ਤੇ ਕਹਿ ਕੇ ਚੱਲਾਂ, ਤੁਹਾਡੇ ਚੈਨਲ 'ਤੇ ਕਹਿ ਕੇ ਚੱਲਾਂ, ਤੁਹਾਨੂੰ ਬੁਲਾ ਕੇ, ਮਤਲਬ ਮੇਰਾ ਭਰਾ ਯਾਰ, ਮੇਰਾ ਦੋਸਤ ਆ ਉਹ, ਮਤਲਬ ਮੈਂ ਤੁਹਾਨੂੰ ਕਹਾਂ ਮੇਰੇ ਲਵਿੰਗ ਰਿਲੇਸ਼ਨ ਆ ਉਹਦੇ ਨਾਲ, ਬੜਾ 12-15 ਸਾਲ ਪੁਰਾਣਾ। ਰਾਣਾ ਗੁਰਜੀਤ ਸਿੰਘ ਨੂੰ ਟੱਕਰ ਦੇ ਸਕਦੇ? ਚੱਕ ਫੱਟੇ ਦੇਣੇ ਇਸ ਵਾਰੀ, ਲੱਭਣੀ ਨਹੀਂ ਕਾਂਗਰਸ, ਤੁਸੀਂ ਦੇਖਿਓ ਨਜ਼ਾਰੇ ਲਿਆ ਦੇਣੇ ਇਸ ਵਾਰੀ ਇਲੈਕਸ਼ਨ ਦੇ, ਕਿਉਂਕਿ ਅਸੀਂ ਇਸ ਵਾਰੀ ਬਹਿ ਕੇ, ਮਤਲਬ ਆਪਣੇ ਅਕਾਲੀ ਦਲ 'ਚ ਅਸੀਂ ਬਹਿ ਕੇ ਪੂਰਾ ਵਿਚਾਰ ਬਣਾ ਲਿਆ, ਸ਼ਰਾਬ ਵੰਡਣੀ ਨਹੀਂ ਅਤੇ ਵੰਡਣ ਦੇਣੀ ਨਹੀਂ, ਨਾ ਸ਼ਰਾਬ ਵੰਡਣੀ ਨਾ ਵੰਡਣ ਦੇਣੀ, ਨਾ ਨਸ਼ਾ ਵੰਡਣਾ ਨਾ ਵੰਡਣ ਦੇਣਾ ਕਦੀ ਅਸੀਂ। ਤਾਂ ਵੈਸੇ ਵੀ ਪਹਿਲੀ ਇਲੈਕਸ਼ਨ 'ਚ ਨਹੀਂ ਸੀ ਇਹ ਕੰਮ ਕੀਤਾ, ਅਤੇ ਕਪੂਰਥਲੇ ਦੇ ਵਿੱਚ ਇਹਦਾ ਬੜਾ ਬੋਲਬਾਲਾ, ਸ਼ਰਾਬ ਨਸ਼ੇ ਦਾ ਬਹੁਤ ਬੋਲਬਾਲਾ, ਉੱਥੇ ਸ਼ਰਾਬ ਅੰਤਾਂ ਦੀ ਵੰਡੀ ਜਾਂਦੀ ਜੀ, ਰਾਣੇ ਦੀ ਰਾਣਾ ਸਾਹਿਬ ਦੀਆਂ ਡਿਸਟਿਲਰੀਆਂ ਆਪਦੀਆਂ ਹੋਣ ਕਰਕੇ ਨਾ, ਜਿੰਨਾ ਉਹ ਸ਼ਰਾਬ ਦਾ ਉਹ ਤਾਂ ਸਮੁੰਦਰ ਕਹਿੰਦੇ ਜੀ, ਮੈਂ ਜੋ ਹੁਣ ਸਰਵੇ ਕੀਤਾ, ਮਤਲਬ ਸਮੁੰਦਰ ਹੀ ਬਣਾਉਂਦੇ ਕਪੂਰਥਲੇ ਨੂੰ ਸ਼ਰਾਬ ਦਾ, ਉਹ ਨਹੀਂ ਚੱਲਣ ਦੇਣਾ ਇਹ ਕੰਮ, ਨਾ ਵੰਡਣੀ ਨਾ ਵੰਡਣ ਦੇਣੀ ਜੀ। ਆਪਣੇ ਕੰਮ ਦੇ ਸਿਰ 'ਤੇ, ਸੁਖਬੀਰ ਸਿੰਘ ਬਾਦਲ ਸਾਹਿਬ ਦੀਆਂ ਨੀਤੀਆਂ ਦੇ ਸਿਰ 'ਤੇ ਵੋਟ ਮੰਗਣ ਜਾਣੀ ਆ, ਅਤੇ ਉਹ ਉਹਨਾਂ ਹੀ ਵੋਟ ਲੈ ਕੇ, ਬੜਾ ਅੱਛਾ ਕੈਡਰ ਆ ਜੀ ਕਪੂਰਥਲੇ 'ਚ, ਆ ਜਿਹੜੀਆਂ ਕਾਲੀਆਂ ਭੇਡਾਂ 2-4 ਹੈਗੀਆਂ ਨਾ, ਹਰਜੀਤ ਸਿੰਘ ਸਪਾਈਡਰਮੈਨ ਵਰਗੀਆਂ, ਉਹ ਫਿਰ ਮੇਰੇ ਕੋਲ ਸਿੰਘ ਨਿਕਲ ਜਾਂਦਾ, ਸੋਰੀ, ਹਰਜੀਤ ਸਪਾਈਡਰਮੈਨ ਵਰਗੇ ਜਿਹੜੇ, ਇਹ ਕਾਂਗਰਸ ਦੀ ਬੀ ਟੀਮ ਆ। ਇੱਕ ਗੱਲ ਹੋਰ ਤੁਹਾਨੂੰ ਅੱਜ ਦੱਸਦਾ, ਕਪੂਰਥਲੇ 'ਚੋਂ ਅਕਾਲੀ ਦਲ ਨਹੀਂ ਹਰਦਾ, ਸਰ ਰਘਵੀਰ ਸਿੰਘ ਟਰਾਂਸਪੋਰਟ ਮੰਤਰੀ ਹੁੰਦੇ ਸੀ, ਅਤੇ ਜਦੋਂ ਪਹਿਲੀ ਵਾਰੀ ਹਰੇ ਸੀ ਨਾ ਰਾਣਾ ਤੋਂ, 4-5 ਹਜ਼ਾਰ ਵੋਟ 'ਤੇ ਹਰੇ ਸੀ। ਅਕਾਲੀ ਦਲ ਦੀਆਂ ਜਿਹੜੀਆਂ ਕਾਲੀਆਂ ਭੇਡਾਂ ਸਪਾਈਡਰਮੈਨ ਵਰਗੀਆਂ, ਇਹ ਜਿਤਾਉਂਦੀਆਂ ਜੀ ਉਹਨੂੰ, ਇਹ ਜਿਤਾਉਂਦੀਆਂ, ਇਹ ਜੋ ਕਰਾਉਂਦੇ ਆ, ਇਹ ਇਹ ਜਦੋਂ ਰਲ ਜਾਂਦੇ ਆ ਤੇ ਉਹ ਕੰਮ ਖਤਮ ਹੋ ਜਾਂਦਾ। ਹੁਣ ਇਹ ਕੰਮ ਚੱਲਣ ਨਹੀਂ ਦੇਣਾ ਮੈਂ, ਤਾਂ ਹੀ ਉਹਨੂੰ ਮੇਰੇ ਤੋਂ ਤਕਲੀਫ ਆ ਸਪਾਈਡਰਮੈਨ ਨੂੰ, ਅਤੇ ਜਿੱਤਾਂਗੇ ਜੀ ਕਪੂਰਥਲਾ, ਇਸ ਵਾਰੀ ਪੱਕਾ ਜਿੱਤਾਂਗੇ। 20 ਸਾਲ ਸ਼ੀਲਾ ਦੀਕਸ਼ਿਤ ਨੇ ਰਾਜ ਕੀਤਾ ਸੀ ਦਿੱਲੀ ਦੇ ਵਿੱਚ, 4-5 ਵਾਰੀ ਰੈਗੂਲਰ CM ਰਹਿ ਕੇ, ਮੈਟਰੋ ਵੀ ਲੈ ਆਈ ਸੀ, ਬਹੁਤ ਕੁਛ ਕੀਤਾ ਹੋਊਗਾ, ਅਤੇ 20 ਸਾਲ ਬਾਅਦ ਲੋਕਾਂ ਨੇ 0 'ਤੇ ਆਲ ਆਊਟ ਕੀਤੀ ਸੀ, 0 'ਤੇ, ਅਤੇ ਅੱਜ ਤੱਕ ਆਲ ਆਊਟ ਹੀ ਹੈ। ਰਿਕਾਰਡ ਪੇਸ਼ ਕਰਨਾ ਤੁਹਾਡੇ ਪੁਰਾਣੇ ਕਪੂਰਥਲੇ ਨੂੰ। ਭਾਈ ਸਾਹਿਬ ਤੁਸੀਂ ਸਮਾਂ ਕੱਢਿਆ, ਬਹੁਤ ਬਹੁਤ ਸ਼ੁਕਰੀਆ। ਔਰ ਲਗਾਤਾਰ ਦਰਸ਼ਕੋ, ਹੁਣ ਜਦੋਂ 2022 ਵਿਧਾਨ ਸਭਾ ਚੋਣਾਂ ਦੀ ਗੱਲ ਆਉਂਦੀ ਹੈ ਤਾਂ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਵਰਸਿਸ ਕੈਪਟਨ ਅਮਰਿੰਦਰ ਸਿੰਘ, ਔਰ ਕਿਤਨਾ ਕਿਤੇ ਇਹ ਕਿਹਾ ਜਾਣ ਲੱਗਾ ਹੈ ਕਿ ਜਿੰਨੀ ਚਿਰ ਤੱਕ ਇਹ ਵਿਵਾਦ ਚੱਲ ਰਿਹਾ ਉਹਦਾ ਫਾਇਦਾ ਜਿਹੜਾ ਹੈ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਸਕਦਾ ਹੈ। ਪਰ ਗਰਾਊਂਡ ਲੈਵਲ ਦੀ ਰਿਪੋਰਟ ਤੁਹਾਡੇ ਨਾਲ ਅਸੀਂ ਇਸ ਕਰਕੇ ਸ਼ੇਅਰ ਕਰ ਰਹੇ ਹਾਂ ਕਿਉਂਕਿ ਤਸਵੀਰਾਂ ਜਿਹੜੀਆਂ ਨੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੀ ਚੰਗੀਆਂ ਨਹੀਂ ਹੈ। ਕੱਲ੍ਹ ਹਮਲਾ ਹੁੰਦਾ ਹਰਜੀਤ ਸਿੰਘ ਦੇ ਉੱਪਰ, ਸ਼੍ਰੋਮਣੀ ਅਕਾਲੀ ਦਲ ਦੇ ਕਪੂਰਥਲਾ ਤੋਂ ਪ੍ਰਧਾਨ ਨੇ, ਔਰ ਨਾਮ ਲਗਾਇਆ ਜਾਂਦਾ ਹੈ ਜਿਨ੍ਹਾਂ ਨੂੰ ਕੰਮ ਕਰਨ ਦੇ ਲਈ ਉੱਥੇ ਭੇਜਿਆ ਗਿਆ HS ਵਾਲੀਆ ਦਾ। ਕਿਤਨਾ ਕਿਤੇ ਜ਼ਮੀਨੀ ਪੱਧਰ 'ਤੇ ਗੱਲ ਕੀਤੀ ਜਾਵੇ ਤਾਂ ਵਿਵਾਦ ਦੋਵਾਂ ਪਾਸੇ ਆ, ਚਾਹੇ ਉਹ ਕਾਂਗਰਸ ਦੇ ਵਿੱਚ ਕੰਮ ਆਸਾਨ ਹੈ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਆਸਾਨ ਹੈ, ਦੋਵੇਂ ਪਾਸੇ ਫਿਲਹਾਲ ਬਰਾਬਰ ਚੱਲ ਰਿਹਾ। ਕੌਣ ਕਿਸ ਨੂੰ ਪਟਕਲੀ ਦੇਣ ਦੇ ਵਿੱਚ ਕਾਮਯਾਬ ਹੁੰਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਵੇਗਾ। ਪਰ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ 2022 ਵਿਧਾਨ ਸਭਾ ਚੋਣਾਂ ਦੇ ਲਈ ਮੈਦਾਨ ਭੱਕ ਚੁੱਕਾ ਹੈ, ਜਿੱਥੇ ਸੁਖਬੀਰ ਸਿੰਘ ਬਾਦਲ ਸੀਟਾਂ ਦੀ ਵੰਡ ਕਰ ਰਹੇ ਨੇ, ਉੱਥੇ ਹੀ ਕਿਤਨਾ ਕਿਤੇ ਜਿਹੜਾ ਹੈ ਇਸ ਅੰਦਰੂਨੀ ਕਲੇਸ਼ ਨੂੰ ਹੁਣ ਦੇਖਣਾ ਇਹ ਹੋਵੇਗਾ ਕਿ ਮਿਟਾਉਣ ਦੇ ਵਿੱਚ ਕਿੰਨੇ ਕੁ ਕਾਮਯਾਬ ਹੁੰਦੇ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਵੇਗਾ। ਵੀਡੀਓ ਜਰਨਲਿਸਟ ਜਤਿਨ ਦੇ ਨਾਲ ਅਮਨ ਚੰਡ, ਦੈਨਿਕ ਸਵੇਰਾ TV, ਜਲੰਧਰ।
अलीशा बेगम एक औरत दा दुख एक औरत ही समझ सकती है। रूहानी अते काली शक्तियां दी मालकन दुनिया दा सब तो चमत्कारी इल्म मेरे कोल है। मेरे कीते नू कोई कट नहीं सकदा। काला इल्म करना अते तोड़ना हर एक दे बस दी गल नहीं। परेशानी जिवें लव मैरिज, पति पत्नी च झगड़ा, सौतन दुश्मन तो छुटकारा, तलाक केस, बुरे सपने, विदेश यात्रा, बुरी संगत जां नशा छुड़ाना, बीमारी च दवा ना लगना, वशीकरण इक सच्चाई है। वशीकरण करवाओ, मन चाह प्यार पाओ। की तुहाडी किस्मत च लॉटरी दा योग है जां नहीं, सच्चाई जानो। लॉटरी नंबर पाओ, भावें 649 होवे जां लोटो मैक्स। 11 घंटे च करवाओ हर परेशानी दा हल घर बैठे। अष्टाम पेपर ते लिख के लवो कम दी गारंटी। जकेड़े तो बाहर है तुरंत संपर्क करो, तुहाडी हर गल गुप्त रखी जावेगी। अलीशा बेगम। वर्ल्ड फेमस बाबा सलीम खान, 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो, जिवें चाहोगे ओवें होएगा। इट्स माय प्रॉमिस, इमीडिएटली रिजल्ट। ओपन चैलेंज, इल्मा दे माहिर ए टू जेड समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% गारंटी। अष्टाम पेपर समेत सब तो पहला काम करन दा वादा। नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जां दुटोना, मनमोहणी वशीकरण करवाओ जां तुड़वाओ, रुसे नूं मनाओ। हुणे कॉल करो बाबा सलीम खान 98199 37467।